ਪਹਿਲੀ ਗੱਲ ਤਾਂ ਟੋਟਲ ਸਿਸਟਮ ਸਾਰਾ ਵਾਟਰਪਰੂਫ ਹੈ ਜੇ ਆਪਾਂ ਮੀਂਹ ਗਣੀ ਬਾਰਿਸ਼ 'ਚ ਵੀ ਕੰਮ ਕਰਨਾ ਤਾਂ ਵੀ ਕਰੀ ਜਾਊਗਾ ਤੇ ਉਸ ਤੋਂ ਇਲਾਵਾ ਇਹ ਵਾਟਰਪਰੂਫ ਹੈ ਆਪਣਾ ਅਨਬ੍ਰੇਕੇਬਲ ਹੈ ਜਿਹਨੂੰ ਐਂ ਮਾਰੋਗੇ ਕਿ ਕੋਈ ਕਰੈਕ ਨਹੀਂ ਨਾ ਨਿਸ਼ਾਨ ਨਹੀਂ ਕੁਛ ਨਹੀਂ ਹੁੰਦਾ ਜੀ ਆਹ ਚੀਜ਼ ਆ ਦੇਖੋ ਇਹਦੇ ਵਿੱਚ ਦੇਖੋ ਆਹ ਸਾਰਾ ਗ੍ਰੀਨ ਪੇਪਰ ਹੈ ਵੀਰੇ ਅੱਛਾ ਗ੍ਰੀਨ ਇਹਦੇ ਜਿਹੜੇ ਸੈਂਸਰ ਲੱਗੇ ਹੋਏ ਨੇ ਇਹ ਚੇਂਜ ਹੋ ਗਈ ਲੇਜ਼ਰ ਲਾਈਟ ਆ ਉਹ ਚੇਂਜ ਹੋ ਗਈ ਉਹ ਵੀ ਗ੍ਰੀਨ ਆ ਗਈ ਵੀ ਅਦਰ ਕਰਾਹੇ ਜਿਵੇਂ ਆਪਾਂ ਸੀਜ਼ਨਲ ਟਾਈਮ ਦਾ ਇਕੱਠੇ ਕਰਾ ਚੱਲਦੇ ਰਹਿੰਦੇ ਵੱਧ ਤੋਂ ਵੱਧ ਉਹ ਇੱਕ ਦੂਜੇ ਰੇਂਜ ਫੜਦੇ ਰਹਿੰਦੇ ਆ ਇਹ ਜਿਹੜਾ ਹੁਣ ਸਿਸਟਮ ਲੱਗਿਆ ਹੋਊਗਾ ਥੋੜਾ ਇਹ ਨਹੀਂ ਹੈਗਾ ਵੀ ਜੇ ਕੋਈ ਹੋਰ ਲਵੇ ਆ ਕੇ ਉਹਦੀ ਰੇਂਜ ਕੈਚ ਕਰ ਲੂਗਾ ਜਿਵੇਂ ਹੁਣ ਮੰਨ ਲਓ ਉਹ ਸਿਸਟਮ ਚੱਲ ਰਿਹਾ ਜੇ ਆਪਾਂ ਉਹਦੇ ਸੰਪਰਕ ਲੈ ਲਈਏ ਇਹ ਰੇਂਜ ਬਿਲਕੁਲ ਨਹੀਂ ਫੜਦਾ ਨਾ ਇਹ ਹੋਰ ਨੂੰ ਸਿਗਨਲ ਦੇਵੇ ਨਾ ਹੋਰ ਦਾ ਇਹ ਸਿਗਨਲ ਲਵੇ ਇਹਦੇ ਵਿੱਚ ਕੁਝ ਨਹੀਂ ਵੀਰੇ ਅਡੋਡੀ ਮੰਨ ਲਓ ਜਿਹੜੇ ਮੇਨ ਮੈਮਰੀ ਆਈਸੀ ਲੱਗੇ ਹੁੰਦੇ ਜੋ ਆਪਾਂ ਕਹਿੰਦੇ ਨਾ ਪਲੇਟ ਡੈਮੇਜ ਹੋ ਗਈ ਵੀ ਪਲੇਟ ਪਊਗੀ ਕੋਈ ਪਲੇਟ ਨਹੀਂ ਪੈਂਦੀ ਮੇਨ ਆਈਸੀ ਚੇਂਜ ਹੋ ਜਾਂਦਾ ਅੱਛਾ ਉਹਦੇ ਜਿਹੜਾ ਪ੍ਰੋਗਰਾਮ ਆ ਵੀ ਪਿੰਨਾਂ ਕਿਹੜੀਆਂ ਫੰਕਸ਼ਨ ਕਰਦੇ ਆ ਕੀ ਪਿੰਨ ਆਊਟ ਕਰਦੀ ਆ ਉਹ ਆਪਾਂ ਚੇਂਜ ਕਰੋ ਪ੍ਰੋਗਰਾਮ ਦੇ ਦੋ ਉਹਨੂੰ ਬਸ ਉਹ ਵਰਕਿੰਗ ਕਰਨ ਲੱਗ ਜਾਂਦਾ ਲੋ ਜੇ ਸੋਚਾਂ ਵੀ ਆਪਾਂ ਲੈਣੀ ਆ 250 ਰੁਪਏ ਤੋਂ ਸ਼ੁਰੂ ਹੋ ਕੇ ਬਈ ਅੱਗੇ ਤੱਕ ਜੇ ਮਰਜ਼ੀ ਲਾ ਜਾਓ ਉਸ ਹੱਦ ਤੱਕ ਕੁਆਲਿਟੀ ਮਿਲ ਜਾਂਦੀ ਹੁੰਦੀ ਹੈਗੀ ਅੱਛਾ ਵੀ ਹਰ ਇੱਕ ਮਾਡਲਾਂ ਦੇ ਤੁਹਾਡੇ ਕੋਲ ਮਿਲ ਜੂਗੇ ਇੱਥੋਂ ਹਰ ਇੱਕ ਮਾਡਲ ਦੀ ਹਰ ਇੱਕ ਚੀਜ਼ ਆਪਣੇ ਕੋਲ ਮਿਲ ਜੂਗੀ ਹੁਣ ਤਾਂ ਚਲੋ ਬਈ ਹੁਣ ਜਿਹੜਾ ਹਜੇ ਸੀਜ਼ਨ ਆਇਆ ਨਹੀਂ ਹੁਣ ਤਾਂ ਬੰਦਾ ਕੋਰੀਅਰ ਕਰ ਦੂਗਾ ਪਰ ਸੀਜ਼ਨ ਟਾਈਮ ਤਾਂ ਇੱਥੇ ਆਉਣਾ ਹੀ ਪੈਣਾ ਫਿਰ ਹਾਂਜੀ ਕਿਉਂਕਿ ਕੋਰੀਅਰ ਤੇ ਟਾਈਮ ਲੱਗ ਜਾਂਦਾ ਉਹ ਤਾਂ ਘੰਟਾ ਘੰਟਾ ਸਹੀ ਹੁੰਦਾ ਆਪਾਂ ਨੂੰ ਨਾ ਉਹਦੇ ਵਾਸਤੇ ਵੈਸੇ ਆਪਾਂ ਸਰਵਿਸ ਸੈਟ ਰੱਖੇ ਹੋਏ ਨਹੀਂ ਜੀ ਜੇ ਤਾਂ ਦੇਖੋ ਕਸਟਮਰ ਨੂੰ ਦੂਰ ਜ਼ਿਆਦੇ ਹੈ ਉੱਥੋਂ ਕੀ ਕਰੇ ਸਾਨੂੰ ਸਿਸਟਮ ਮੰਨ ਲਓ ਪਹੁੰਚ ਗਿਆ ਸਾਡੇ ਕੋਲ ਸਾਡਾ ਸਿਸਟਮ ਲੈ ਜੇ ਅੱਛਾ ਜਦੋਂ ਦਾ ਓਕੇ ਹੋ ਜਾਏ ਉਹ ਸਾਡੇ ਤੋਂ ਚੇਂਜ ਕਰਕੇ ਲੈ ਜੇ ਆ ਵੀ ਵੱਡੀ ਗੱਲ ਹੈ ਇਹ ਕੰਮ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਖੜੇ ਆ ਮਾਨਸਾ ਦੇ ਵਿੱਚ ਤੇ ਬਾਈ ਗੁਰਵਿੰਦਰ ਨਾਲ ਗੁਰਵਿੰਦਰ ਨਾਲ ਸਾਡਾ ਮੇਲਜੋਲ ਕਦੋਂ ਬਣਿਆ ਜਦੋਂ ਅਸੀਂ ਵੀ ਹੁਣ ਤੁਸੀਂ ਦੇਖ ਲਿਆ ਆਪਣਾ ਖੜੇ ਕਿੱਥੇ ਅਸੀਂ ਬਾਈ ਦਾ ਲੇਜ਼ਰ ਲੈਵਲ ਦਾ ਕੰਮ ਆ ਰਿਪੇਅਰਿੰਗ ਦਾ ਕੰਮ ਆ ਤੇ ਅਸੀਂ 2013 ਦੇ ਵਿੱਚ ਬਾਈ ਆਪਾਂ ਮਿਲੇ ਸੀ ਹਨਾ ਹਾਂਜੀ ਬਈ 2013 'ਚ ਮਿਲੇ ਸੀ ਅਸੀਂ ਵੀ ਬੜੇ ਧੱਕੇ ਧੁੱਕੇ ਖਾ ਕੇ ਇੱਧਰ ਉੱਧਰ ਗੇੜੇ ਦੇ ਕੇ ਆਏ ਸੀ ਬਾਈ ਕੋਲੇ ਤੇ ਉਦੋਂ ਦੇ ਬਾਈ ਉਦੋਂ ਬਾਈ ਪਹਿਲਾਂ ਕਿੰਨਾ ਟਾਈਮ ਪਹਿਲਾਂ ਸਟਾਰਟ ਕਰ ਲਿਆ ਜੀ ਕੰਮ ਇਹਦਾ ਬਈ ਲੇਜ਼ਰ ਲੈਵਲਰ ਦੀ ਲਾਈਨ ਦੇ ਵਿੱਚ ਮੈਂ ਆਇਆ ਸੀ 2008 ਤੋਂ ਲੈ ਕੇ 8 ਤੋਂ ਲੈ ਕੇ ਸਾਡੇ ਨਾਲ 13 'ਚ ਤੇ ਬਾਈ ਪਹਿਲੀ ਗੱਲ ਤਾਂ ਦੱਸ ਦੇ ਵੀ ਮਾਸਟਰ ਆ ਇਸ ਚੀਜ਼ ਦਾ ਹਨਾ ਤੇ 13 ਤੋਂ ਲੈ ਹੁਣ ਤੱਕ ਵੀ ਬੈਠਾ ਬਾਈ ਨੇ ਬੜੀ ਮਿਹਨਤ ਦੇ ਨਾਲ ਕੱਲਾ ਇੱਥੇ ਨਹੀਂ ਹੈਗਾ ਇਹਦਾ ਸ਼ੌਂਕ ਹੀ ਲਾ ਲਓ ਕਰਦਾ ਤੇ ਪਿੱਛੇ ਇੰਡਸਟਰੀ ਹੋਰ ਵੀ ਇਹਨਾਂ ਨੇ ਖੜੀ ਕੀਤੀ ਆਪਦੀ ਮਿਹਨਤ ਦੇ ਨਾਲ ਤੇ ਬਾਈ ਆਪਾਂ ਇਹ ਲਾਈਨ ਦੇ ਵਿੱਚ ਆ ਜੀ ਹਨਾ ਇਹਦੇ ਵਿੱਚ ਬੜਾ ਆਪਾਂ ਬਲਬੂਸਾ ਹੁੰਦਾ ਬਹੁਤ ਬਾਈ ਹੁਣ ਤਾਂ ਪਤਾ ਜ਼ਿਆਦਾ ਹਾਂਜੀ ਚਾਹੇ ਐਕਸਾਈਜ਼ 3D ਲਾ ਲਈਏ ਚਾਹੇ ਇਹਦਾ ਮਨ ਉਲਝਣ ਤਾਣੀ ਕੰਮ ਛੋਟਾ ਜਿਹਾ ਹੁੰਦਾ ਤੇ ਬਿੱਲ ਵੱਡੇ ਬਣ ਜਾਂਦੇ ਬਈ ਇਹ ਉਹ ਚੀਜ਼ ਹੈ ਜਦੋਂ ਹੁਣ ਮੰਨ ਲਓ ਕੋਈ ਵੀ ਲੋਹਾ ਖੜ ਗਿਆ ਉਹ ਇਹਨੂੰ ਪਤਾ ਲੱਗ ਜਾਂਦਾ ਕੀ ਜੇ ਥੋੜਾ ਮਰ ਕੇ ਅਗਲਾ ਚਲਾ ਲੂਗਾ ਇਹ ਆਈਟਮ ਉਹ ਆ ਗਈ ਜਦੋਂ ਖੜ ਗਈ ਕਿਸੇ ਨੂੰ ਪਤਾ ਹੈ ਨਹੀਂਗਾ ਵੀ ਜਦੋਂ ਪਵਾਉਣਾਗੇ ਉਹਦੇ 'ਚ 5 ਰੁਪਏ ਚੀਜ਼ 50 ਰੁਪਏ ਚੀਜ਼ ਆ ਉਹ ਜਿੰਨੇ ਮਰਜ਼ੀ ਅੱਗੇ ਮੰਗ ਲੈਂਦਾ ਆਹ ਚੀਜ਼ ਇਹਦੇ ਵਿੱਚ ਚੱਲਦੀ ਆ ਰਹੀ ਜਿਹੜੀ ਉਸ ਚੀਜ਼ ਦੇ ਬਾਬਤੀ ਮੈਂ ਇਹ ਚੀਜ਼ ਕਹਿੰਦਾ ਗਾ ਵੀ ਕੋਈ ਇਹਦੇ ਵਿੱਚ ਕੋਈ ਓਲਾ ਨਹੀਂ ਵਾਲਾ ਆਪਾਂ ਕਹਿੰਦੇ ਕੋਈ ਵੀ ਚੀਜ਼ ਸਪਸ਼ਟ ਹੈ ਕੋਈ ਬਾਹਲਾ ਖਰਚਾ ਨਹੀਂ ਆਉਂਦਾ ਜਾਇਜ਼ ਕੰਮ ਨੇ ਸਾਰੇ ਜੀ ਬਈ ਹੁਣ ਆਪਾਂ 2013 ਦੀ ਗੱਲ ਕਰੀਏ ਕਿਉਂਕਿ ਮੇਰਾ ਵਾਹ ਵਾਸਤਾ ਉਦੋਂ ਸੀ ਮੈਂ ਹੁਣ ਵੀ ਕਹਿੰਦਾ ਇਹ ਵੀਡੀਓ ਉਹਨਾਂ ਭਰਾਵਾਂ ਲਈ ਆ ਜਿਹੜੇ ਲੇਜ਼ਰ ਲੈਵਲ ਦਾ ਕੰਮ ਕਰਦੇ ਆ ਤੇ ਥੱਕੇ ਟੁੱਟੇ ਪਏ ਆ ਇੱਧਰ ਉੱਧਰ ਰਿਪੇਅਰਾਂ ਕਰਾ ਕੇ ਤੇ ਵੀਰ ਦਾ ਕੰਟੈਕਟ ਨੰਬਰ ਪਾਇਆ ਹੋਇਆ ਤੁਸੀਂ ਇੱਕ ਵਾਰੀ ਮਾਨਸਾ ਆ ਕੇ ਬਾਈ ਦੱਸ ਦਈਏ ਲੋਕੇਸ਼ਨ ਇੱਕ ਵਾਰੀ ਕਿੱਥੇ ਆ ਇਹ ਬਾਈ ਆਪਣਾ ਸਰਸਾ ਰੋਡ ਤੇ ਫਲਾਈਓਵਰ ਕੋਲੇ ਫੌਜੀ ਪੰਪ ਦੇ ਸਾਹਮਣੇ ਜੀ ਤੇ ਇੱਥੇ ਆ ਕੇ ਤੁਸੀਂ ਸੰਪਰਕ ਕਰ ਲਿਓ ਬਾਈ ਨਾਲ ਤੇ ਬਾਈ 13 ਦੇ ਸਿਸਟਮਾਂ ਨਾਲੋਂ ਤੇ ਹੁਣ ਦੇ ਸਿਸਟਮਾਂ ਦੇ ਵਿੱਚ ਕਿੰਨਾ ਕੁ ਫਰਕ ਆ ਬਈ ਜੇ 13 ਦੇ ਸਿਸਟਮਾਂ ਮੁਤਾਬਕ ਦੇਖੀਏ ਹੁਣ ਤਾਂ ਟੈਕਨੋਲੋਜੀ ਬਹੁਤ ਐਡਵਾਂਸ ਆ ਗਈ ਉਦੋਂ ਕੀ ਹੁੰਦਾ ਸੀ ਸਿੰਪਲ ਬਟਨਾ ਟਾਈਪ ਕੰਮ ਹੁੰਦਾ ਸੀ ਬਟਨਾ ਤੇ ਹੁੰਦਾ ਸੀ ਉਸ ਹਿਸਾਬ ਨਾਲ ਦੱਖਿਆ ਜਾਂਦਾ ਸੀ ਤੇ ਇੱਕ ਜਿਵੇਂ ਆਪਾਂ ਸਮਝਦੇ ਸੀ ਉਵੇਂ ਹੀ ਚੱਲਦਾ ਸੀਗਾ ਅੱਜ ਕੱਲ੍ਹ ਸਿਸਟਮ ਤੇ ਇਹ ਟੈਕਨੋਲੋਜੀ ਇਹੋ ਜਿਹੀ ਆ ਗਈ ਜੀ ਵੀ ਜਿੱਦਾਂ ਦਾ ਆਪਾਂ ਚਲਾਉਣਾ ਚਾਹੁੰਦੇ ਆ ਵੀ ਜਿੱਦਾਂ ਹੀ ਸਰਵਿਸ ਚਾਹੁੰਦੇ ਆ ਉਸ ਤਰੀਕੇ ਦਾ ਇਹ ਮੰਨ ਲਓ ਮੌਕਰੀ ਆਪਰੇਟ ਹੋ ਜਾਂਦਾ ਗਾ ਵੀ ਇਹ 'ਚ ਫੰਕਸ਼ਨ ਇਸ ਤਰੀਕੇ ਦਾ ਜਿਵੇਂ ਆਪਾਂ ਚਲਾਉਣਾ ਆਪਰੇਟ ਕਰਨਾ ਟੱਚ ਬਟਨ 'ਚ ਆ ਗਏ ਜੀ ਤੇ ਵਾਇਰਲੈਸ ਆ ਗਏ ਤੇ ਰੇਂਜ ਨਹੀਂ ਫੜਦੇ ਇੱਕ ਦੂਜੇ ਦੀ ਜੀ ਇਹ ਸਿਸਟਮ ਅੱਛਾ ਉਹ ਵੀ ਆ ਗਿਆ ਅੱਗੇ ਤਾਂ ਰੇਂਜ ਵਾਲਾ ਬੜਾ ਚੱਕਰ ਸੀਗਾ ਮੰਨ ਕਿਸੇ ਦੀ ਰੇਂਜ ਲੈ ਗਿਆ ਉਹ ਤੇ ਐਂ ਨਹੀਂ ਪਤਾ ਲੱਗਦਾ ਹੁੰਦਾ ਵੀ ਕਿਸੇ ਦੀ ਹੋਰ ਰੇਂਜ ਲੈ ਗਿਆ ਬਾਅਦ 'ਚ ਪਤਾ ਲੱਗਦਾ ਵੀ ਜਦੋਂ ਅਗਲਾ ਪੱਟ ਕੇ ਆਪਦਾ ਲੈ ਜਾਂਦਾ ਤੇ ਇਹਦਾ ਵੀ ਫਰਕ ਹੀ ਬੜਾ ਰਹੇਗਾ ਇਹ ਸਮੱਸਿਆ ਪਹਿਲਾਂ ਬਹੁਤ ਰਹੀ ਆ ਵੀ ਬਹੁਤ ਸਾਲ ਪਹਿਲਾਂ ਜੇ ਸ਼ੁਰੂ 'ਚ ਹੁੰਦੇ ਸੀ ਫੀਲਡ 'ਚ ਮੈਂ ਜਾਂਦਾ ਰਿਹਾ ਬਹੁਤ ਉਦੋਂ ਪ੍ਰੋਬਲਮ ਆ ਕਿ ਅਸੀਂ ਖੇਤ 'ਚ ਜਾਂਦੇ ਅਲੱਗ ਅਲੱਗ ਵੀਰੇ ਰੇਂਜ ਦੂਜੇ ਦੀ ਚੱਕ ਲਈ ਉਹ ਆਪਦਾ ਵਾਹ ਨਹੀਂ ਲੈ ਬਣਾਉਂਦਾ ਉਹਦਾ ਹੁੰਦਾ ਖਰਾਬ ਕਰਿਆ ਹੁੰਦਾ ਸੀਗਾ ਫਿਰ ਉਹਨੇ 10 ਕਿਵੇਂ ਸਮਝਾ ਕੇ ਹੁੰਦੇ ਉੱਪਰ ਨੀਚੇ ਕਰਕੇ ਚਲਵਾ ਹੁੰਦੇ ਸੀਗੇ ਪਰ ਹੁਣ ਉਹਦੇ ਵਿੱਚ ਕੀ ਚੇਂਜ ਹੋ ਗਿਆ ਸਿਸਟਮ ਹੀ ਇਦਾਂ ਦਾ ਆ ਗਿਆ ਵੀ ਆਪਾਂ ਉਹਦੇ ਵਿੱਚ ਕੀ ਕਰ ਸਕਦੇ ਆ ਲਾਈਟ ਜੇ ਜਮਾ ਕੋਲ ਵੀ ਲਾ ਦਈਏ ਸਾਂਝਾ ਵੀ ਲਾ ਦਈਏ ਤਾਂ ਵੀ ਉਹ ਇੱਕ ਦੂਜੇ ਰੇਂਜ ਨਹੀਂ ਫੜਦੇ ਅੱਛਾ ਇੱਕ ਦੂਜੇ ਰੇਂਜ ਨਹੀਂ ਫੜਦੇ ਬਾਈ ਹੁਣ ਬਾਈ ਸਿਸਟਮ ਦੀ ਗੱਲ ਕਰੀਏ ਜੇ ਹੁਣ ਆਪਾਂ ਰਿਪੇਅਰਿੰਗ ਦੀ ਲਾ ਲਓ ਪਹਿਲਾਂ ਤਾਂ ਹਨਾ ਹਾਂਜੀ ਕਾਦੀ ਕਾਦੀ ਮੇਨ ਪ੍ਰੋਬਲਮ ਆਉਂਦੀ ਆ ਜਿਹੜੇ ਹੁਣ ਸਿਸਟਮਾਂ ਦੀ ਆ ਬਈ ਰਿਪੇਅਰ ਤਾਂ ਦੇਖੋ ਨਾਰਮਲ ਜਿਵੇਂ ਆਉਂਦੀ ਹੈਗੀ ਜੇ ਆਪਾਂ ਦੇਖੀਏ ਫੀਲਡ ਮੁਤਾਬਕ ਕਿਸੇ ਨੂੰ ਅਪ ਡਾਊਨ ਦੀ ਪ੍ਰੋਬਲਮ ਆ ਗਈ ਜਾਂ ਕਿਸੇ ਦਾ ਸੁੱਚ ਤੋਂ ਕੰਮ ਕਰਨ ਨੂੰ ਹਟ ਗਿਆ ਜਾਂ ਚੱਲਦਾ ਚੱਲਦਾ ਢਾਲ ਦੇ ਗਿਆ ਜਾਂ ਹੋਰ ਆਹ ਚੀਜ਼ਾਂ ਦੀ ਮੇਨ ਪ੍ਰੋਬਲਮ ਆਉਂਦੀ ਹੈਗੀ ਬਈ
ਅੱਗੇ ਤੱਕ ਜੇ ਮਰਜ਼ੀ ਲੈ ਜਾਓ ਉਸ ਹਿਸਾਬ ਤੇ ਕੁਆਲਿਟੀ ਮਿਲ ਜਾਂਦੀ ਰਹਿੰਦੀ ਹੈਗੀ। ਅੱਛਾ ਵੀ ਹਰ ਇੱਕ ਮਾਡਲਾਂ ਦੇ ਤੁਹਾਡੇ ਕੋਲ ਮਿਲ ਜੂਗੇ ਇੱਥੋਂ? ਹਰ ਇੱਕ ਮਾਡਲ ਦੀ ਹਰ ਇੱਕ ਚੀਜ਼ ਆਪਣੇ ਕੋਲ ਮਿਲ ਜੂ ਬਾਈ। ਹੱਲ ਹਰੇਕ ਸਿਸਟਮ ਦਾ, ਹਰ ਇੱਕ ਸਿਸਟਮ ਦਾ ਵੀਰੇ, ਹਰ ਇੱਕ ਸਪੇਅਰ ਪਾਰਟਸ ਲੈ ਲਓ ਕਿਸੇ ਵੀ ਕੰਪਨੀ ਦਾ ਹੋਵੇ, ਚੱਲਦੇ ਆ ਜੀ ਬੰਦ ਹੋਗੇ ਕੰਪਨੀਆਂ, ਹਰ ਇੱਕ ਚੀਜ਼ ਦਾ ਆਪਣੇ ਕੋਲ ਮੰਨ ਲਓ ਸੋਫਟਵੇਅਰ ਤੱਕ ਦਾ ਵੀ ਹੱਲ ਆ ਤੇ ਹਾਰਡਵੇਅਰ ਤੱਕ ਦਾ ਵੀ ਹੱਲ ਹੈਗਾ ਬਾਈ। ਇੱਕ ਆ ਜੀ, ਅੱਛਾ ਆ ਸੋਫਟਵੇਅਰ ਦਾ ਆ ਗਿਆ ਨਾਲ ਨਾਲ, ਪਹਿਲਾਂ ਹਾਰਡਵੇਅਰ ਦਾ ਆ ਗਿਆ ਸੀਗਾ, ਇਹਦੇ ਵਿੱਚ ਬਾਈ ਕੀ ਕੁਛ ਹੁੰਦਾ ਸਿਸਟਮ ਦੇ ਵਿੱਚ? ਸੋਫਟਵੇਅਰ ਦੇ ਵਿੱਚ ਕੀ ਹੁੰਦਾ ਵੀ ਜੀ, ਆਮ ਫਾਈਲ ਉਹੀ ਹੁੰਦੀ ਹੈ, ਉਹਦੇ ਵੀ ਹੁੰਦਾ ਵੀ ਆਪਾਂ ਜਦੋਂ ਚਲਾ ਰਹੇ ਹਾਂਗੇ ਤੇ ਉਹਦੇ ਮੁਤਾਬਕ ਆਪਾਂ ਜੇ ਆਪਰੇਟ ਕਰਨਾ ਗਾ, ਉਹ ਜਿਹੜੀ ਫਾਈਲ ਹੁੰਦੀ ਹੈ ਉਹਨੂੰ ਦਿਮਾਗ ਦਾ ਕੰਮ ਕਰਦੀ ਹੈ, ਆਹ ਫਾਈਲ ਹੁੰਦੀ ਹੈ ਸਾਰੀ। ਅੱਛਾ ਇਹ ਦਿਮਾਗ ਦਾ ਕੰਮ? ਹਾਂ ਆਹ ਫਾਈਲ ਹੁੰਦੀ ਹੈ। ਅੱਛਾ ਵੀ ਜਿਹਦੇ ਮੁਤਾਬਕ ਆਪਾਂ ਕੁਛ ਵੀ ਅੱਗੇ ਮਤਲਬ ਆਪਰੇਟ ਕਰਾ ਸਕਦੇ ਹਾਂ, ਆਹ ਪ੍ਰੋਗਰਾਮਿੰਗ ਹੁੰਦੀ ਹੈਗੀ। ਅੱਛਾ ਅੱਛਾ ਆਹ ਪ੍ਰੋਗਰਾਮ ਹੈ ਸਾਰਾ, ਇਹ ਚੇਂਜ ਕਰੋ ਕੁਛ ਵੀ ਕਰੋ ਆਪਰੇਟ ਹੋ ਜਾਂਦਾ ਸਾਰਾ ਕੁਝ। ਅੱਛਾ ਇਹਦੇ ਨਾਲ ਇਹਦੇ ਵਿੱਚ ਬਈ ਕੀ ਸਿਸਟਮ ਕੀ ਚੇਂਜ ਕਰਨਾ ਪੈਂਦਾ? ਇਹਦੇ ਵਿੱਚ ਕੁਛ ਨਹੀਂ ਵੀਰੇ, ਅੱਡੋ ਡੀ ਮੰਨ ਲਓ ਜਿਹੜੇ ਮੇਨ ਮੈਮਰੀ ਆਈਸੀ ਲੱਗੇ ਹੁੰਦੇ, ਜੋ ਆਪਾਂ ਕਹਿੰਦੇ ਪਲੇਟ ਡੈਮੇਜ ਹੋ ਗਈ ਵੀ ਪਲੇਟ ਪਊਗੀ, ਕੋਈ ਪਲੇਟ ਨਹੀਂ ਪੈਂਦੀ, ਮੇਨ ਆਈਸੀ ਚੇਂਜ ਹੋ ਜਾਂਦਾ। ਅੱਛਾ ਉਹਦਾ ਜਿਹੜਾ ਪ੍ਰੋਗਰਾਮ ਆ ਵੀ ਪਿੰਨਾਂ ਕਿਹੜੀਆਂ ਫੰਕਸ਼ਨ ਕਰਦੇ ਆ, ਕੀ ਪਿੰਨ ਆਊਟ ਕਰਦੀ ਆ, ਉਹ ਆਪਾਂ ਚੇਂਜ ਕਰੋ, ਪ੍ਰੋਗਰਾਮ ਦੇ ਦਿਓ ਉਹਨੂੰ, ਬਸ ਉਹ ਵਰਕਿੰਗ ਕਰਨ ਲੱਗ ਜਾਂਦਾ। ਨਹੀਂ ਇਹਨਾਂ ਦੇ ਵਿੱਚ ਬਾਈ ਜਿਹੜਾ ਸਿਸਟਮ ਹੁੰਦਾ, ਮਤਲਬ ਸਾਰਿਆਂ ਦੇ ਵਿੱਚ ਕੋਈ ਸਿਸਟਮ ਹੁੰਦਾ ਕਿ ਅਲੱਗ ਅਲੱਗ ਕੰਪਨੀ? ਸਾਰਿਆਂ ਦੇ ਵਿੱਚ ਅਲੱਗ ਅਲੱਗ ਹੁੰਦਾ ਬਾਈ। ਅੱਛਾ ਹਰ ਇੱਕ ਦੀ ਪ੍ਰੋਗਰਾਮਿੰਗ ਤੇ ਸੋਫਟਵੇਅਰ ਹਰੇਕ ਦਾ ਅਲੱਗ ਅਲੱਗ ਹੈ, ਅਲੱਗ ਅਲੱਗ ਹੁੰਦਾ ਤੇ ਕੋਡਿੰਗ ਅਲੱਗ ਅਲੱਗ ਹੁੰਦੀ ਆ ਤੇ ਆਈਸੀ ਤੇ ਕੰਪੋਨੈਂਟ ਸਾਰੇ ਅਲੱਗ ਅਲੱਗ ਹੁੰਦੇ ਆ, ਪਰ ਉਹ ਨਹੀਂ ਹੈਗਾ ਵੀ ਸਾਰਿਆਂ ਦਾ ਆਈਸੀ ਉਹ ਕੋਸਟਲੀ ਨੇ, ਵੀ ਜਾਇ ਰੇਟ ਦੇ ਮੁਤਾਬਕ ਉਹ ਸਾਰੇ ਮਿਲਦੇ ਆ। ਠੀਕ ਆ, ਇੱਕ ਬਾਈ ਮੈਨੂੰ ਐਂ ਦੱਸ ਦਿਓ ਵੀ ਤੁਹਾਡੇ ਕੋਲ ਜਿਹੜਾ ਕੋਈ ਭਰਾ ਆਉਂਦਾ ਤੁਹਾਡੇ ਕੋਲ ਇਕੱਲੀ ਰਿਪੇਅਰਿੰਗ ਦਾ ਜਾਂ ਤੁਸੀਂ ਐਕਸਚੇਂਜ ਵੀ ਕਰ ਲੈਂਦੇ, ਬਦਲ ਸਦਲ ਵੀ ਲੈਂਦੇ ਆ ਜਾਂ ਖਰੀਦ ਵਿੱਚ? ਆਪਣੇ ਕੋਲ ਬਾਈ ਸਾਰੇ ਤਰ੍ਹਾਂ ਦੇ ਕਸਟਮਰ ਆਉਂਦੇ, ਜਿਵੇਂ ਮੰਨ ਲਓ ਰਿਪੇਅਰ ਵਾਲਾ ਗਿਆ ਰਿਪੇਅਰ ਵੀ ਹੋ ਜਾਂਦੀ ਹੈਗੀ, ਜੇ ਕਿਸੇ ਨੇ ਚੇਂਜ ਕਰਨਾ ਗਾ ਚੇਂਜ ਵੀ ਹੋ ਜਾਂਦਾ, ਵੀ ਆਪਣੇ ਕੋਲ ਨਵੇਂ ਲੈਣਾ ਪੁਰਾਣੇ ਲੈਣਾ ਸੈਕਿੰਡ ਹੈਂਡ ਉਹ ਵੀ ਖੜੇ ਰਹਿੰਦੇ ਨੇ, ਨਵੇਂ ਪੀਸ ਵੀ ਹੁੰਦੇ ਨੇਗੇ, ਹਰ ਇੱਕ ਵਰਾਇਟੀ ਮੌਜੂਦ ਹੁੰਦੀ ਹੈ ਤੇ ਪੁਰਾਣੇ ਦੇ ਵਿੱਚ ਵੀ ਵਰਾਇਟੀ ਮੌਜੂਦ ਹੁੰਦੀ, ਜੇ ਕਿਸੇ ਪੁਰਾਣਾ ਲੈਂਦੇ ਪੁਰਾਣਾ ਕਰਨਾ ਤਾਂ ਵੀ ਹੋ ਜੂਗਾ। ਠੀਕ ਹੈ, ਹੁਣ ਜੇ ਬਾਈ ਨਵੇਂ ਦੀ ਗੱਲ ਕਰੀਏ ਤੁਹਾਡੇ ਕੋਲ ਕੀ ਰੇਂਜ ਤੋਂ ਸਿਸਟਮ ਸਟਾਰਟ ਹੋ ਜਾਂਦੇ ਆ? ਜੇ ਨਵੇਂ ਮੁਤਾਬਕ ਆਪਾਂ ਰੇਂਜ ਕਰੀਏ ਵੀ ਸਟਾਰਟ 230,000 ਰੁਪਏ ਤੋਂ ਸਟਾਰਟ ਹੋ ਜੂਗੀ, 230,000 ਤੋਂ ਸਟਾਰਟ ਹੋ ਜੂ, ਸਿਸਟਮ ਦੀ ਵਧੀਆ ਗਰੰਟੀ ਹੋਊਗੀ? ਗਰੰਟੀ ਹੋਊਗੀ ਪੂਰੀ। ਤੇ ਐਂਡ ਕਿੱਥੋਂ ਤੱਕ ਤੱਕ ਆ? ਐਂਡ ਤਾਂ ਵੀ ਦੇਖੋ ਵੈਸੇ ਕਿਸੇ ਚੀਜ਼ ਦਾ ਹੁੰਦਾ ਨਹੀਂਗਾ, ਪਰ ਤੁਹਾਡੇ ਕੋਲ ਜੇ ਆਪਾਂ ਪੁੱਛੀਏ ਤਾਂ ਵੀ ਆਪਣੇ ਕੋਲ ਵਧੀਆ ਸਿਸਟਮ ਦਾ ਕੋਈ ਵੀ ਸਭ ਤੋਂ ਸਿਰਾ ਸਿਸਟਮ ਲੱਗ 4,500,000 ਰੁਪਏ ਤੱਕ ਐਂਡ ਹੈਗਾ ਸਾਡੇ। ਇੱਕ ਬਾਈ ਤੁਸੀਂ ਉਹ ਕਹਿੰਦੇ ਸੀ ਆ ਸਿਸਟਮ ਵੀ ਹੁਣ ਜਿਵੇਂ ਆਹ ਟੁੱਟ ਜਾਂਦਾ ਸੀਗਾ ਦਰਖਤ 'ਚ ਵੱਜ ਗਿਆ ਟੁੱਟ ਗਿਆ, ਤੇ ਹੁਣ ਤੁਹਾਡੇ ਕੋਲ ਸਿਸਟਮ ਇਹ ਹੁਣ ਆਪਣੇ ਕੋਲ ਸਿਸਟਮ ਨਵਾਂ ਆ ਗਿਆ ਬਈ, ਉਹ ਕੀ ਹੈ ਅਨਬ੍ਰੇਕੇਬਲ ਹੈ। ਅੱਛਾ, ਨਾਲ ਤੋਂ ਮੰਨ ਲਓ ਕਿਸੇ ਰੇਂਜ ਨਹੀਂ ਫੜਦਾ, ਜੇ ਮੰਨ ਲਓ ਮੀਂਹ ਕਣੀ ਆ ਜਾਂ ਕੁਛ ਵੀ, ਇੱਕ ਤਾਂ ਵਾਟਰਪਰੂਫ ਸਿਸਟਮ ਆ ਗਿਆ, ਇੱਕ ਉਹ ਟੁੱਟਦਾ ਨਹੀਂ। ਆਹ ਤੁਹਾਨੂੰ ਦਿਖਾ ਦਿੰਦਾ, ਚਲੋ ਮੈਂ ਦੇਖ ਹੀ ਲੈਂਦੇ ਹਾਂ। ਇਹ ਸਮੱਸਿਆ ਵੀਰੇ ਆਮ ਤੌਰ ਤੇ ਆਉਂਦੀ ਹੈ ਵੀ ਟਾਣੇ ਨਾਲ ਵੱਜਣਾ, ਉਹਦੇ ਨਾਲ ਲੱਗਣਾ, ਇਹ ਚੀਜ਼ ਆਉਂਦੀ ਰਹਿੰਦੀ ਆ। ਉਹ 'ਚ ਵੀ ਆਪਣਾ ਆਹ ਸਿਸਟਮ ਆਇਆ ਹੋਇਆ ਤੇ ਇਹਦੇ ਹੁਣ ਮੰਨ ਲਓ ਜਿਹੜਾ ਰਿਸੀਵਰ ਹੈਗਾ, ਪਹਿਲੀ ਗੱਲ ਤਾਂ ਟੋਟਲ ਸਿਸਟਮ ਸਾਰਾ ਵਾਟਰਪਰੂਫ ਹੈ, ਜੇ ਆਪਾਂ ਮੀਂਹ ਗਣੀ ਬਾਰਿਸ਼ 'ਚ ਵੀ ਕੰਮ ਕਰਨਾ ਤਾਂ ਵੀ ਕਰੀ ਜਾਊਗਾ, ਤੇ ਉਸ ਤੋਂ ਇਲਾਵਾ ਇਹ ਵਾਟਰਪਰੂਫ ਹੈ, ਆਪਣਾ ਅਨਬ੍ਰੇਕੇਬਲ ਹੈ, ਜਿਹਨੂੰ ਐਂ ਮਾਰੋਗੇ ਕਿ ਕੋਈ ਕਰੈਕ ਨਹੀਂ, ਇਹਨਾਂ ਨਿਸ਼ਾਨ ਨਹੀਂ, ਕੁਛ ਨਹੀਂ ਹੁੰਦਾ ਜੀ। ਓਕੇ, ਇਹ ਇਹ ਬਾਈ ਸਿਸਟਮ ਕਿੰਨੇ ਕੁ ਦਾ ਮਿਲੂਗਾ ਜੇ ਤੁਹਾਡੇ ਕੋਲ ਕਿਸੇ ਨੇ ਲੈਣਾ ਹੋਵੇ? ਇਹ ਅਡੋਡੀ ਕੈਟਾਗਰੀ ਦੇ ਮਾਡਲ ਨੇ ਜੀ। ਅੱਛਾ, ਮਾਡਲ ਆ। ਹਾਂ, ਇਹ ਵੀ ਮੰਨ ਲਓ ਐ ਮਤਲਬ ਸਿਸਟਮ ਤੁਹਾਨੂੰ 2,25,000 ਰੁਪਏ ਤੋਂ ਸ਼ੁਰੂ ਹੋ ਜੂਗਾ ਜੀ। ਠੀਕ ਹੈ, 2,25,000। ਹਾਂ, 2,25,000। ਇਹ ਬਾਈ ਗ੍ਰੀਨ 'ਚ ਕਿਵੇਂ ਆ? ਆਹ ਚੀਜ਼ ਆ ਦੇਖੋ, ਇਹਦੇ ਵਿੱਚ ਦੇਖੋ ਆਹ ਸਾਰਾ ਗ੍ਰੀਨ ਪੇਪਰ ਆ ਵੀਰੇ। ਅੱਛਾ, ਗ੍ਰੀਨ। ਇਹਦੇ ਜਿਹੜੇ ਸੈਂਸਰ ਲੱਗੇ ਹੋਏ ਨੇ ਇਹ ਚੇਂਜ ਹੋ ਗਈ, ਚੇਂਜ ਹੋ ਗਈ। ਲੇਜ਼ਰ ਲਾਈਟ ਆ ਉਹ ਚੇਂਜ ਹੋ ਗਈ, ਉਹ ਵੀ ਗ੍ਰੀਨ ਆ ਗਈ। ਵੀ ਅਦਰ ਕਰਾਹੇ ਜਿਵੇਂ ਆਪਾਂ ਸੀਜ਼ਨਲ ਟਾਈਮ ਹੁੰਦਾ ਇਕੱਠੇ ਕਰਾ ਚੱਲਦੇ ਰਹਿੰਦੇ, ਵੱਧ ਤੋਂ ਵੱਧ ਉਹ ਇੱਕ ਦੂਜੇ ਰੇਂਜ ਫੜਦੇ ਰਹਿੰਦੇ ਆ। ਇਹ ਜਿਹੜਾ ਹੁਣ ਸਿਸਟਮ ਲੱਗਿਆ ਹੋਊਗਾ, ਥੋੜਾ ਇਹ ਨਹੀਂ ਹੈਗਾ ਵੀ ਜੇ ਕੋਈ ਹੋਰ ਲਵੇ ਆ ਕੇ ਉਹਦੀ ਰੇਂਜ ਕੈਚ ਕਰ ਲੂਗਾ, ਜਿਵੇਂ ਹੁਣ ਮੰਨ ਲਓ ਸਿਸਟਮ ਚੱਲ ਰਿਹਾ ਜੇ ਆਪਾਂ ਉਹਦੇ ਸੰਪਰਕ ਲੈ ਲਈਏ, ਇਹ ਰੇਂਜ ਬਿਲਕੁਲ ਨਹੀਂ ਫੜਦਾ। ਅੱਛਾ, ਨਾ ਇਹ ਹੋਰ ਨੂੰ ਸਿਗਨਲ ਦੇਵੇ, ਨਾ ਹੋਰ ਦਾ ਇਹ ਸਿਗਨਲ ਲਵੇ, ਅਧਾਰਤਦਾਰ ਬੰਦਾ ਜੀ, ਉਹ ਅਧਾਰਤਦਾਰ ਬੰਦਾ, ਨਾ ਕਸਟਮਰ ਨੂੰ ਪ੍ਰੋਬਲਮ ਆਵੇ। ਪਹਿਲਾਂ ਸਮਝ ਨਹੀਂ ਆਉਂਦੀ ਸੀ ਕਿੰਨਾ ਕਿੰਨਾ ਚਿਰ ਵੀ ਕੀ ਪ੍ਰੋਬਲਮ ਆਈ ਜਾਂਦੀ ਸੀ, ਬਾਅਦ 'ਚ ਪਤਾ ਲੱਗਦਾ ਵੀ ਇੱਕ ਪਾਸੇ ਢੇਰ ਲੱਗਦਾ ਮਿੱਟੀ ਦਾ। ਇਸ ਚੀਜ਼ ਵਾਸਤੇ ਬਹੁਤ ਕਾਲ ਆਉਂਦੀ ਸੀ ਬਈ, ਰੇਂਜ ਫੜ ਲੈ ਕੀ ਕਰੀਏ ਕੀ ਕਰੀਏ, ਤੇ ਉਹਦਾ ਪੱਕਾ ਪਰਮਾਨੈਂਟ ਹੱਲ ਕਰਿਆ ਹੁਣ। ਠੀਕ ਆ ਬਈ, ਵੈਸੇ ਬਈ ਇਹਦੀ ਰੇਂਜ ਦੀ ਗੱਲ ਕਰੀਏ ਤਾਂ ਕਿੰਨੀ ਕੁ ਦੂਰ ਤੱਕ ਕੰਮ ਕਰਦਾ ਰੇਂਜ ਬਈ? ਇਹਦੀ ਵੈਸੇ ਤਾਂ ਜੇ ਆਪਾਂ ਥਿਉਰੀ ਮੁਤਾਬਕ ਦੇਖੀਏ ਮੀਟਰਾਂ 'ਚ ਹੁੰਦੀ ਹੈਗੀ, ਪਰ ਜੇ ਆਪਾਂ ਜ਼ਿਮੀਂਦਾਰ ਭਾਈ ਮੰਨ ਲਓ ਕਰੀਏ ਗੱਲ, ਤਾਂ ਆਪਾਂ ਜੇ 40 ਕਿੱਲੇ ਦਾ ਟੱਕ ਬਣਾਉਣਾ ਹੋਵੇ ਤਾਂ ਆਪਾਂ 1-40 ਕਿੱਲੇ ਟੱਕ ਬਣਾ ਸਕਦੇ ਇਹਨਾਂ ਨਾਲ। ਠੀਕ ਹੈ, ਇੱਕ ਥਾਂ ਲਾ ਕੇ ਹੁਣ ਬਈ ਆਹ ਸਿਸਟਮ ਦੀ ਗੱਲ ਦੱਸੋ, ਇੱਕ ਤਾਂ ਸਿਸਟਮ ਆ ਗਿਆ ਸਿੰਪਲ ਹੈ ਨਾ, ਹਾਂਜੀ, ਇੱਕ ਆ ਗਿਆ ਡਿਜੀਟਲ ਆ ਗਿਆ, ਇਹਨਾਂ ਦਾ ਕੀ ਫਰਕ ਆ ਬਈ? ਇਹ ਬਈ ਤੁਸੀਂ ਨਹੀਂ ਜਿਵੇਂ ਪੁੱਛਿਆ ਸੀ ਪਹਿਲਾਂ ਵਾਲੇ ਸਿਸਟਮਾਂ ਤੇ ਹੁਣਾਂ 'ਚ ਕੀ ਫਰਕ ਆ ਗਿਆ? ਪਹਿਲਾਂ ਕੀ ਹੁੰਦਾ ਸਿਸਟਮ ਸਿੰਪਲ ਹੁੰਦਾ ਸੀ ਵੀ 3 ਸੁੱਚਾਂ ਹੁੰਦੀਆਂ ਸੀ, ਗੱਲਾਂ ਸੁੱਚਾਂ ਹੁੰਦੀਆਂ ਵੀ ਕਰਾ ਉੱਪਰ ਥੱਲੇ ਕਰ ਲਿਆ ਜਾਂ ਆਨ ਆਫ ਜੋ ਵੀ ਆਪਣੇ ਫੰਕਸ਼ਨ ਹੁੰਦੇ ਸੀ, ਹੁਣ ਇਹ 'ਚ ਕੀ ਹੋ ਗਿਆ ਸੀਗਾ? ਬਹੁਤ ਜ਼ਿਆਦਾ
ਵੀ ਤੁਹਾਡੀ ਸਰਵਿਸ ਡਿਊ ਆ ਉਹ ਤਾਂ ਆਪਾਂ ਨੂੰ ਉੱਥੇ ਜਾਣਾ ਪਊਗਾ ਸਰਵਿਸ ਕਰਾਉਣ ਵਾਸਤੇ ਨਾ ਉੱਥੇ ਤਾਂ ਹੁੰਦੇ ਨਹੀਂ ਆਪਾਂ ਇਹਦੇ ਉੱਤੇ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕਿਵੇਂ ਬੈਠੇ ਹੱਲ ਕਰਦੇ ਜਿਵੇਂ ਮੰਨ ਲਓ ਆਮ ਤੌਰ ਤੇ ਸਭ ਤੋਂ ਪ੍ਰੋਬਲਮ ਜਿਹੜੀ ਮੰਨ ਲਓ ਸੁਣਨ ਚ ਆਉਂਦੀ ਆ ਵੀ ਰੇਂਜ ਨਹੀਂ ਫੜਦੀ ਵੀ ਰੇਂਜ ਨਹੀਂ ਫੜਦੀ ਸਿਗਨਲ ਤੋੜ ਗਿਆ ਉਹਦੇ ਵਿੱਚ ਜਿਹਦੇ ਸਿਗਨਲ ਲਾਸ ਆ ਕੇ ਐਰਰ ਕੋਡ ਆ ਜਾਊਗਾ ਵੀ 1 2 3 ਜੋ ਵੀ ਸਾਡੇ ਕੋਡ ਰੱਖੇ ਹੋਏ ਨੇ ਉਹ ਕੋਡ ਆ ਗਿਆ ਸੀ ਉਹ ਦੱਸ ਦਾਂਗੇ ਵੀ ਆਹ ਬਟਨ ਦੱਬ ਗਿਆ ਤਾਂ ਬਟਨ ਦੱਬ ਲਾ ਵੀ ਤੇਰੇ ਜਿਹੜਾ ਕੋਡ ਆ ਉਹ ਨਿਕਲ ਜਾਊਗਾ ਤੇ ਆਟੋਮੈਟਿਕ ਉਸ ਸਿਗਨਲ ਤੇ ਆ ਜਾਊਗਾ ਮਤਲਬ ਭੱਜਣ ਦੀ ਲੋੜ ਨਹੀਂ ਜਿਵੇਂ ਥੋੜੇ ਕੰਮ ਪਿੱਛੇ ਆਪਾਂ ਕਈ ਵਾਰੀ ਹੁਣ ਆਪਣੇ ਨਾਲ ਹੁੰਦਾ ਸੀ ਉਦੋਂ ਵੀ ਢਾਲ ਦੇਣ ਲੱਗ ਗਿਆ ਤੇ ਉਹ ਆਪਾਂ ਨੂੰ ਜਦੋਂ ਮਨ ਜਿਹਦੇ ਜ਼ਿਮੀਦਾਰ ਦੇ ਲਾਇਆ ਹੁੰਦਾ ਕਰਾਹਾ ਤਾਂ ਉਦੋਂ ਬਾਅਦ ਜਦੋਂ ਪਾਣੀ ਲਾਉਂਦਾ ਉਦੋਂ ਬਾਅਦ ਪਤਾ ਲੱਗਦਾ ਵੀ ਇੱਕ ਪਾਸੇ ਖੜਾ ਹੈਗਾ ਨਹੀਂ ਨਹੀਂ ਉਹ ਚੀਜ਼ਾਂ ਤਾਂ ਵੀ ਹੁਣ ਬਾਅਦ ਵਿੱਚ ਲੰਬੇ ਆਉਂਦੇ ਆ ਉਹ ਸਾਰੀ ਚੀਜ਼ਾਂ ਹੁਣ ਚਲੀਆਂ ਗਈਆਂ ਹੁਣ ਉਹ ਚੀਜ਼ਾਂ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਠੀਕ ਹੈ ਹੁਣ ਤਾਂ ਉਹ ਹਰ ਇੱਕ ਚੀਜ਼ ਦਾ ਕੁਝ ਵੀ ਹੁੰਦਾ ਜੇ ਸੈਂਸਰ ਨੂੰ ਪ੍ਰੋਬਲਮ ਆ ਗਈ ਜਾਂ ਮੰਨ ਲਓ ਢਾਲ ਦੀ ਪ੍ਰੋਬਲਮ ਆ ਗਈ ਠੀਕ ਹੈ ਜਾਂ ਕੋਈ ਸਿਗਨਲ ਨਹੀਂ ਲੈ ਰਿਹਾ ਜਾਂ ਅਦਰ ਸਿਗਨਲ ਆ ਰਿਹਾ ਉਹ ਵੀ ਸ਼ੋਅ ਕਰੂਗਾ ਐ ਮੰਨ ਲਓ ਰਿਕਾਰਡਿੰਗ ਆਉਣ ਲੱਗ ਜਾਂਦੀ ਹੈ ਅੱਛਾ ਉਹ ਦੀ ਵੀ ਆ ਡਿਸਟਰਬੈਂਸ ਸਾਰੀ ਆ ਚੀਜ਼ ਹੋ ਗਈ ਠੀਕ ਹੈ ਉਹ ਚੀਜ਼ ਸੋਚਦਾ ਹੁਣ ਸਾਰੀ ਹੈ ਚ ਬਾਈ ਤੇ ਵੀਰ ਬਣ ਕੇ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਇਸ ਤੋਂ ਇਲਾਵਾ ਕਨੈਕਟਰ ਵੀ ਇਹਦੇ ਪਹਿਲਾਂ ਨਾਲੋਂ ਮਾਡਲ ਚੇਂਜ ਆ ਵੀਰੇ ਪਹਿਲਾਂ ਤਾਂ ਪੁੱਠੇ ਸਿੱਧੇ ਲੱਗਦੇ ਰਹਿੰਦੇ ਸੀਗੇ ਹੁਣ ਤਾਂ ਸਿੱਧੇ ਪੁਸ਼ ਕਨੈਕਟਰ ਨੇ ਸਿੱਧੇ ਅੱਛਾ 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 ਆ ਚੀਜ਼ ਹੈ ਵੀ ਉਦੋਂ ਨਹੀਂ ਕੋਈ ਸਮੱਸਿਆ ਨਹੀਂ ਆਉਂਦੀ ਇਹ ਚ ਠੀਕ ਹੈ ਤੇ ਇੱਕ ਬਾਈ ਤੁਸੀਂ ਕਹਿੰਦੇ ਸੀ ਹੁਣ ਜਿਵੇਂ ਅੱਗੇ ਤਾਰ ਖਿੱਚੀ ਜਾਂਦੀ ਟੁੱਟ ਜਾਂਦੀ ਸੀ ਤਾਰ ਉਹ ਹੈਗਾ ਹੁਣ ਹਾਂ ਉਹੀ ਸਿਸਟਮ ਬਾਈ ਜਿਵੇਂ ਤੁਹਾਨੂੰ ਦੱਸਦੇ ਸੀਗੇ ਜੇ ਮੰਨ ਲਓ ਆ ਤਾਰ ਸਿਸਟਮ ਆ ਗਿਆ ਅੱਗੇ ਚੂੜੀ ਲੋਟ ਆਪਾਂ ਕਸ ਦਿੰਦੇ ਟਾਈਟ ਕਰਦੇ ਸੀ ਜਦੋਂ ਮੰਨ ਲਓ ਹੁੱਕ ਦਾ ਗੱਲ ਟੁੱਟ ਗਿਆ ਜਾਂ ਕੁਝ ਵੀ ਹੋ ਗਿਆ ਪੱਟੇ ਜਾਂਦੇ ਸੀ ਹੁਣ ਇਹ ਪੁਸ਼ ਪਲੱਗ ਦੇ ਨਾਲ ਕੱਟਣੇ ਭੁੱਲੇ ਜਾਂਦਾ ਸੀ ਬੰਦਾ ਉਸ ਚੀਜ਼ ਦੀ ਹੁਣ ਸਮੱਸਿਆ ਕੀ ਵੀ ਆਟੋਮੈਟਿਕ ਇਹ ਪ੍ਰੈਸ ਹੁੰਦਾ ਇੱਥੋਂ ਇਹ ਇਦਾਂ ਹੀ ਲੱਗ ਜਾਂਦਾਗਾ ਵੀ ਮੰਨ ਲਓ ਆ ਇਦਾਂ ਲੱਗ ਗਿਆ ਤੇ ਇਦਾਂ ਹੀ ਨਿਕਲ ਆਉਂਦਾਗਾ ਅੱਛਾ ਮਤਲਬ ਆ ਸਿੰਪਲ ਸਿਸਟਮ ਇਹਦਾ ਨਹੀਂ ਜੇ ਖਿੱਚ ਪੈ ਜੇ ਫੇਰ ਕਿਵੇਂ ਨਿਕਲਦਾ ਇਹ ਨਹੀਂ ਇਹ ਪ੍ਰੈਸ ਹੁੰਦਾ ਜੀ ਅੱਛਾ ਪ੍ਰੈਸ ਹੁੰਦਾ ਹਾਂ ਇਹਦੇ ਵਿੱਚ ਆ ਦੇਖੋ ਲੌਕ ਹਲਕਾ ਜਿਹਾ ਇਹ ਨਾ ਤਾਂ ਹੋਰ ਚ ਪਵੇ ਤੇ ਨਿਕਲ ਵੀ ਸੌਖਾ ਜਾਂਦਾ ਠੀਕ ਆ ਜੀ ਤੇ ਆ ਜੋ ਵਕਟ ਬੰਨ ਇਹਦੇ ਵਿੱਚ ਬਾਈ ਕੀ ਕੀ ਚੇਂਜ ਆਇਆ ਬਈ ਪੁਰਾਣੇ ਦੇ ਹੁੰਦੇ ਹਿਸਾਬ ਦੇ ਤੇ ਇੰਨਾ ਕੁ ਚੇਂਜ ਆ ਗਿਆ ਡਿਵੈਲਪ ਹੋ ਕੇ ਸਭ ਤੋਂ ਪਹਿਲਾਂ ਤਾਂ ਐਵਰੇਜ ਦਾ ਫਰਕ ਹੈ ਅੱਛਾ ਵੀ ਦੂਜੇ ਨਾਲੋਂ ਐਵਰੇਜ ਵੱਧ ਦਿੰਦੇ ਨੇ ਵੀ ਮੰਨ ਲਓ ਪੁਰਾਣੀ ਬਕਟ ਤੇ ਹੁੰਦੇ ਮਾਡਲ ਨਾਲ 1 ਲੀਟਰ ਤੇਲ ਮਗਰ ਪਲੱਸ ਫਰਕ ਪੈਂਦੀ ਪੈਂਦਾ ਹੈ ਅੱਛਾ ਹਾਂ ਇੰਨਾ ਫਰਕ ਪਊਗੇ ਪੂਗਾ ਤੁਹਾਡਾ ਇਹ ਵਕਟ ਲਈ ਮਤਲਬ 1 ਲੀਟਰ ਘੰਟੇ ਮਗਰ ਤੁਹਾਡਾ ਤੇਲ ਦੀ ਬਚਤ ਹੁੰਦੀ ਹੈ ਅੱਛਾ ਤੇਲ ਦੀ ਬਚਤ ਉਹ ਕਿਵੇਂ ਕਿਹੜੇ ਸਿਸਟਮ ਨਾਲ ਹੁੰਦੀ ਹੈ ਉਹ ਕੀ ਚੀਜ਼ ਹੈ ਜਿਹੜੀ ਇਹਦੀ ਸ਼ੇਪ ਹੈ ਬਕਟ ਦੀ ਬਣੀ ਹੋਈ ਆ ਇਹ ਰਾਉਂਡ ਟਾਈਪ ਬਣੀ ਹੋਈ ਹੈ ਵੀ ਜਿਹੜੀ ਮਿੱਟੀ ਨੂੰ ਇਹ ਗੋਲ ਘਮਾਉਂਦੀ ਆ ਅੱਛਾ ਆਮ ਬਕਟਾਂ ਕੀ ਕਰਦੇ ਅਗਲੇ ਸਿੱਧੀਆਂ ਬਣਾਉਂਦੇ ਨੇ ਉਹ ਜ਼ੋਰ ਲਵਾਈ ਜਾਂਦੇ ਰਹਿੰਦੇ ਨੇ ਟਾਈਟ ਹੋ ਜਾਂਦੇ ਮਿੱਟੀ ਉਹਦੇ ਤੇਲ ਵੱਧ ਖਾਈ ਜਾਂਦੇ ਰਹਿੰਦੇ ਇਹਦਾ ਕੀ ਕਹਿੰਦੇ ਹੁੱਕ ਦਾ ਤੁਸੀਂ ਬਾਈ ਤੇ ਉਹਦੇ ਮੁਤਾਬਕ ਜਿਵੇਂ ਹੁੱਕ ਚ ਹੋ ਗਿਆ ਜੀ ਕਿਸੇ ਟਰੈਕਟਰ ਜ਼ੋਰ ਵੱਧ ਘਟ ਲਾਉਣਾ ਜਾਂ ਹੋਰ ਅੱਗੇ ਸੈਟਿੰਗ ਕਰਨ ਵਿੱਚ ਦਿੱਕਤ ਆਉਂਦੀ ਸੀਗੀ ਹੁੱਕ ਹਲਦੀ ਨਹੀਂ ਸੀ ਉਹਨੂੰ ਰਿਐਸਟੇਬਲ ਕਰਤੀ ਵੀ ਜਿੰਨੀ ਮਰਜ਼ੀ ਆਪਾਂ ਉੱਪਰ ਨੀਚੇ ਕਰਕੇ ਵੀ ਹੁੱਕ ਆਪਾਂ ਪਾ ਸਕਦੇ ਹਾਂ ਠੀਕ ਹੈ ਤੇ ਉਹਦੇ ਨਾਲ ਹੀ ਕੀ ਕਰਤਾ ਹਾਈਡ੍ਰੋਕ ਸਿਸਟਮ ਇਹਦੇ ਵਿੱਚ ਹੋ ਗਿਆ ਤੇ ਉਰੇ ਜਿਹੜੇ ਪਲੱਗ ਜਿਵੇਂ ਤੁਸੀਂ ਕਿਹਾ ਸੀ ਗੁੱਲਾ ਪੱਟਿਆ ਜਾਂਦਾ ਕੁਛ ਤਾਰ ਟੁੱਟਦੀ ਸੀ ਉਹ ਉਹ ਪਲੱਗ ਸਿੱਧੇ ਨਿਕਲਦੇ ਨੇ ਇੱਥੇ ਸਿੱਧੇ ਦੇ ਵਿੱਚ ਪੈ ਜਾਂਦੇ ਨੇ ਵੀ ਉਹ ਸਮੱਸਿਆ ਆਪਾਂ ਨੂੰ ਆਉਂਦੀ ਨਹੀਂ ਤੇ ਛੋਟੀ ਵਾਇਰ ਅਲੱਗ ਹੋ ਗਈ ਆਪਣੀ ਅੰਦਰਲੀ ਵਾਇਰ ਕਦੇ ਵੀ ਖਰਾਬ ਨਹੀਂ ਹੁੰਦੀ ਅੱਛਾ ਉਹ ਅਲੱਗ ਲਾਈਫ ਟਾਈਮ ਵੀ ਮੰਨ ਲਓ ਵੀ ਉਹ ਹੋ ਗਿਆ ਖਰਾਬ ਨਹੀਂ ਹੋਊਗਾ ਇਹ ਬਾਈ ਇਹਦੇ ਜਿਹੜਾ ਬੰਨਣ ਵਾਲਾ ਨਟ ਜਾ ਹੁੰਦਾ ਸੀਗਾ ਕਸਣ ਵਾਲਾ ਉਹ ਹੈ ਨਹੀਂ ਇਹਦੇ ਉਹ ਹਾਂਜੀ ਉਹ ਇਹ ਚ ਬਈ ਕੀ ਫੀਚਰ ਤੇ ਵੱਧ ਘੱਟ ਪਹਿਲਾਂ ਨਾਲੋਂ ਪਹਿਲਾਂ ਕੀ ਹੁੰਦਾ ਜੇ ਲਾਸਟ ਸਫਾਈ ਵਾਲਾ ਕੋਡ ਬਣਦੇ ਹੁੰਦੇ ਸੀਗੇ ਉਹ ਚ ਕੀ ਹੁੰਦਾ ਸੀ ਇਹ ਲੀਵਰ ਉਰੇ ਰਾਸਤੇ 'ਚ ਖੜਾਉਂਦੇ ਹੁੰਦੇ ਸੀ ਉਹ ਵਾਈਬ੍ਰੇਸ਼ਨ ਹੋ ਕੇ ਨੀਚੇ ਆ ਜਾਂਦਾ ਸੀਗਾ ਤੇ ਉਹ ਲੈਵਲ 'ਚ ਫਰਕ ਪਾ ਜਾਂਦਾ ਸੀਗਾ ਉਹਦੇ ਮੁਤਾਬਕ ਇਹਨੂੰ ਸਲੋ ਰਾਊਂਡ ਤੇ ਕਰਕੇ ਤੇ ਇਹਨੂੰ ਜਿੰਨਾ ਮਰਜ਼ੀ ਰਾਊਂਡ ਦਿਓ ਉੱਥੇ ਲੌਕ ਹੋ ਜਾਂਦਾ ਹੈ ਆਟੋਮੈਟਿਕ ਅੱਛਾ ਤੇ ਹੁਣ ਇਹਨੂੰ ਨਾ ਉਹ ਨੀਚੇ ਆਵੇ ਨਾ ਉੱਪਰ ਆਵੇ ਤੇ ਲਾਸਟ ਸਫਾਈ ਵਾਲੇ ਕੋਈ ਦਿੱਕਤ ਨਹੀਂ ਹੁੰਦਾ ਜੇ ਆਪਾਂ ਮੰਨ ਲਓ 2 mm ਵੀ ਜਾਂ 3 mm ਲੈਵਲ ਬੰਨਣਾ ਤਾਂ ਉਸੇ ਥਾਂ ਦੇ ਲੈਵਲ ਉਸੇ ਥਾਂ ਤੇ ਵੱਧ ਜੀ ਆਟੋਮੈਟਿਕ ਇੱਧਰ ਨਹੀਂ ਆਉਂਦਾ ਨਾ ਆਟੋਮੈਟਿਕ ਨਹੀਂ ਆਉਂਦਾ ਜੀ ਠੀਕ ਹੈ ਆਹ ਚੀਜ਼ ਹੋਗੀ ਤੇ ਉਹਦੇ ਨਾਲ ਹੀ ਇਹ ਟੋਟਲ ਜਿਹੜੀ ਬਕਟ ਹੈ ਇਹ ਵੈਲਡਿੰਗ ਨਹੀਂ ਹੈਗੀ ਇਹ ਫੋਲਡਿੰਗ ਹੈ ਅੱਛਾ ਫੋਲਡਿੰਗ ਆ ਇੱਕੋ ਹੀ ਪੀਸ ਹੈ ਕੋਈ ਵੈਲਡ ਨਹੀਂ ਹਾਂ ਤੇ ਆਮ ਤੌਰ ਤੇ ਕੀ ਹੁੰਦਾ ਸੀ ਵੀਰੇ ਜਦੋਂ ਕਸਟਮਰ ਚੇਂਜ ਕਰਾਉਂਦੀ ਸੀ ਬਲੇਡ ਵਗੈਰਾ ਚੇਂਜ ਕਰਾਇਆ ਜਾਂ ਹੋਰ ਇਹਦੇ ਮਿੱਟੀ ਵੱਧ ਘੱਟ ਪਰ ਲੱਗ ਜਾਂਦੀ ਸੀਗੀ ਉਹ ਪਰੇਸ਼ਾਨੀ ਆਉਂਦੀ ਸੀ ਉਹਨੂੰ ਨਾ ਸਮਝ ਆਉਂਦਾ ਸੀ ਵੀ ਕਿੱਥੋਂ ਸਹੀ ਕਰਵਾਈਏ ਉਹਦੇ ਕਾਰਨ ਆਹ ਆਪਣਾ ਸੈਟਿੰਗ ਆਪਾਂ ਬਾਹਰ ਰੱਖਤੀ ਵੀ ਜਿੱਦਾਂ ਮੰਨ ਲਓ ਚੇਂਜ ਕਰਵਾਇਆ ਕੁਛ ਵੀ ਤਾਂ ਇਸ ਤੋਂ ਆਪਾਂ ਸੈਟਿੰਗ ਕਰਕੇ ਵੱਧ ਘੱਟ ਭਰਦੇ ਤੋਂ ਸੈੱਟ ਕਰ ਸਕਦੇ ਹਾਂ ਠੀਕ ਹੈ ਜਿਹੜਾ ਹਜੇ ਕਿਸੇ ਨੇ ਸੋਚਿਆ ਨਹੀਂ ਆਪਾਂ ਲਾਏ ਨੇ ਵੀ ਇਹ ਆਪਾਂ ਪਹਿਲਾਂ ਪਲੱਸ ਪੁਆਇੰਟ ਕੀਤਾ ਹੋਇਆ ਠੀਕ ਆ ਆਪਾਂ ਨਹੀਂ ਮੈਂ ਕਰ ਸਕਦਾ ਹਾਂ ਠੀਕ ਹੈ ਇਹ ਆ ਗਿਆ ਟੂਲ ਬਾਕਸ ਹਾਂਜੀ ਇਹ ਟੂਲ ਬਾਕਸ ਆ ਗਈ ਲੌਕ ਆ ਹਾਂ ਲੌਕ ਲੌਕ ਠੀਕ ਹੈ ਇਹ ਟੂਲ ਬਾਕਸ ਇਦਾਂ ਕੇ ਜੀ ਆਮ ਦੇਖਣ ਨੂੰ ਜਿਹੜੀ ਸ਼ੇਪ ਹੁੰਦੀ ਟੂਲ ਟਰੰਕ ਟਾਈਪ ਧਰਦੇ ਸੀਗੇ ਕੋਈ ਲੁੱਕ ਜਾਂ ਪਰਸੈਂਟ ਨਹੀਂ ਹੁੰਦੀ ਸੀ ਬਿਲਕੁਲ ਹੁਣ ਇਹਨੂੰ ਨਵਾਂ ਮੋਡੀਫਾਈ ਕਰਨ ਵਾਸਤੇ ਇਹਦੀ ਜਿਹੜੀ ਸ਼ੇਪ ਆ ਤੇ ਉਹ ਉਸੇ ਮੁਤਾਬਕ ਬਣਾਤੀ ਵੀ ਨਾਲ ਤਾਂ ਸਿਸਟਮ ਵਿੱਚ ਤੁਹਾਨੂੰ ਖਰਾਬ ਨਹੀਂ ਹੁੰਦਾ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਸਿਸਟਮ ਵਿੱਚ ਤੁਹਾਨੂੰ ਬੁੜਕ ਕੇ ਖਰਾਬ ਹੋ ਜੂ ਹੋਰ ਹੋ ਜੂ ਇਹ 'ਚ ਉਹ ਸਮੱਸਿਆ ਨਹੀਂ ਆਉਂਦੀ ਠੀਕ ਹੈ
ਇੱਥੇ ਹੁਣ ਆਪਣੇ ਕੋਲ ਮੰਨ ਲਓ ਤਵੀਆਂ ਦਾ ਕੰਮ ਚੱਲੀ ਜਾਂਦਾ ਜੀ, ਉਹਦੇ ਹੁਣ ਮੰਨ ਲਓ ਆਪਾਂ ਲੋਕਲ ਲੈਵਲ ਤੋਂ ਹਟ ਕੇ ਵੱਡੇ ਸੈੱਟ ਬਣਾ ਕੇ ਦਿੰਦੇ ਵੱਡੇ ਟਰੈਕਟਰ ਵਾਸਤੇ, ਜਿਵੇਂ ਅੱਜ ਦਾ ਯੁੱਗ ਵੱਡੇ ਟਰੈਕਟਰਾਂ ਚੱਲ ਪਿਆ, ਹੁਣ ਉੱਥੇ ਆਪਣੇ ਜਿਹੜੇ ਤਵੀਆਂ ਦੇ ਵੀ ਸਿਸਟਮ ਨੇ ਚੱਲਦੇ ਨੇਗੇ, ਉਹ ਜਿਵੇਂ 24, 26, 28, 36 ਤੱਕ ਆਪਾਂ ਸੈੱਟ ਬਣਾ ਚੁੱਕੇ ਹਾਂ ਜੀ, ਉਹ ਸੈੱਟ ਚੱਲਦੇ ਆ। ਅਤੇ ਫਿਰ ਦੱਸ ਦਈਏ ਜਿਹੜਾ ਅੱਜ ਦੀ ਲੈਦਰ ਲੈਵਲ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਤੁਸੀਂ ਰਿਪੇਅਰਿੰਗ ਕਰਾ ਸਕਦੇ ਹੋ, ਜਿਹੜੀ ਰਿਪੇਅਰ ਦੀ ਦਿੱਕਤ ਆਉਂਦੀ ਹੈ ਕਿਸੇ ਨੂੰ, ਨਵਾਂ ਲੈ ਸਕਦੇ ਹੋ, ਖਰੀਦ ਵੇਚਦਾ ਵੀ ਹੈਗਾ ਅਤੇ ਪਾਰਟਸ ਵੀ ਹੈਗੇ ਆ, ਜਿਹੜੇ ਕਿਸੇ ਦਾ ਕੋਈ ਸਿਸਟਮ ਅੜਿਆ ਪਿਆ ਹੈ ਨਾ, ਚੱਲਦਾ ਨਹੀਂ ਹੈਗਾ, ਤਾਂ ਬਾਈ ਕੋਲ ਇੱਕ ਵਾਰੀ ਲੈ ਕੇ ਆਓ, ਇਹ ਡਾਕਟਰ ਆ ਅਤੇ ਇਹ ਕੱਢ ਦੂਗਾ ਸਾਡੇ ਸਾਰੇ ਵਹਿਮ ਜਿੰਨੇ ਵੀ ਆ। ਇਸ ਤੋਂ ਇਲਾਵਾ ਇੱਕ ਸੁਵਿਧਾ ਆਪਾਂ ਹੋਰ ਵੀ ਦੇ ਸਕਦੇ ਹਾਂ ਬਾਈ, ਜਿਹੜੇ ਦੂਰੋਂ ਕਸਟਮਰ ਹੁੰਦੇ ਨੇ ਉਹ ਨਹੀਂ ਆ ਸਕਦੇ, ਉਹ ਬਾਈ ਕੋਰੀਅਰ ਵੀ ਭੇਜ ਸਕਦੇ ਨੇ। ਅੱਛਾ, ਵੀ ਬਾਏ ਕੋਰੀਅਰ ਭੇਜ ਦੇ ਨਾ, ਇੱਥੋਂ ਰਿਪੇਅਰ ਹੋ ਕੇ ਬਾਏ ਕੋਰੀਅਰ ਉਹਨਾਂ ਕੋਲ ਪਹੁੰਚ ਜੂਗਾ। ਕੀ ਬਾਤ ਆ, ਆ ਵੱਡੀ ਗੱਲ ਆ ਜੀ, ਕੋਈ ਪ੍ਰੋਬਲਮ ਨਹੀਂ ਆਊਗੀ ਬਾਏ ਕੋਰੀਅਰ, ਤੁਸੀਂ ਬਾਏ ਕੋਰੀਅਰ ਭੇਜ ਕੇ ਇੱਥੇ ਸਿਸਟਮ ਠੀਕ ਕਰਾ ਸਕਦੇ ਹੋ। ਕੋਰੀਅਰ ਦਾ ਐਡਰੈਸ, ਬਾਈ ਦਾ ਫੋਨ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਤੇ, ਤੁਸੀਂ ਇਹਨਾਂ ਨਾਲ ਗੱਲ ਕਰਕੇ ਕੋਰੀਅਰ ਦਾ ਐਡਰੈਸ ਲੈ ਕੇ ਤੁਸੀਂ ਭੇਜ ਸਕਦੇ ਹੋ ਨਾ ਬਾਈ। ਠੀਕ ਆ ਬਈ, ਕਿੰਨੇ ਕੁ ਦਾ ਟਾਈਮ ਪੀਰੀਅਡ ਹੋਊਗਾ ਉਹਦਾ? ਮੰਨ ਲਓ ਜੇ ਤੁਸੀਂ ਕੋਰੀਅਰ, ਮੰਨ ਲਓ ਇੱਕ ਦਿਨ ਦੀ ਡੇਟ ਹੋਊਗੀ ਜੀ, ਮੰਨ ਲਓ ਸਾਡੇ ਕੋਲ ਅੱਜ ਕੋਰੀਅਰ ਪਹੁੰਚਿਆ ਤਾਂ ਅਗਲੇ ਦਿਨ ਤੁਹਾਡਾ ਉਹ ਵਾਪਸ ਲੱਗ ਜੂਗਾ। ਹੁਣ ਤਾਂ ਚਲੋ ਬਾਈ, ਹੁਣ ਜਿਹੜਾ ਹਜੇ ਸੀਜ਼ਨ ਆਇਆ ਨਹੀਂ, ਹੁਣ ਤਾਂ ਬੰਦਾ ਕੋਰੀਅਰ ਕਰ ਦੂਗਾ, ਪਰ ਸੀਜ਼ਨ ਟਾਈਮ ਤਾਂ ਇੱਥੇ ਆਉਣਾ ਹੀ ਪੈਣਾ ਫਿਰ। ਹਾਂਜੀ, ਕਿਉਂਕਿ ਕੋਰੀਅਰ 'ਤੇ ਟਾਈਮ ਲੱਗ ਜਾਂਦਾ, ਉਹ ਤਾਂ ਘੰਟਾ ਘੰਟਾ ਸਹੀ ਹੁੰਦਾ ਆਪਾਂ ਨੂੰ ਨਾ। ਉਹਦੇ ਵਾਸਤੇ ਵੈਸੇ ਆਪਾਂ ਸਰਵਿਸ ਕਿੱਟ ਸੈੱਟ ਰੱਖੇ ਹੋਏ ਨੇ ਜੀ, ਜੇ ਤਾਂ ਦੇਖੋ ਕਸਟਮਰ ਨੂੰ ਦੂਰ ਜ਼ਿਆਦਾ ਹੈ, ਉੱਥੋਂ ਕੀ ਕਰੇ, ਸਾਨੂੰ ਸਿਸਟਮ ਮੰਨ ਲਓ ਪਹੁੰਚ ਗਿਆ, ਸਾਡੇ ਕੋਲ ਸਾਡਾ ਸਿਸਟਮ ਲੈ ਜੇ। ਅੱਛਾ, ਜਦੋਂ ਦਾ ਓਕੇ ਹੋ ਜਾਏ ਉਹ ਸਾਡੇ ਤੋਂ ਚੇਂਜ ਕਰਕੇ ਲੈ ਜੇ। ਆਹ ਵੀ ਵੱਡੀ ਗੱਲ ਆ, ਕੰਮ ਕਰ ਸਕਦਾ, ਇਹ ਵੀ ਵੱਡੀ ਗੱਲ ਆ। ਨਹੀਂ, ਤੁਹਾਨੂੰ ਇੱਕ ਦਿਨ ਦਾ ਟਾਈਮ ਮਿਲ ਗਿਆ ਵੀ, ਕਿਉਂਕਿ ਰਿਪੇਅਰ ਵੇਲੇ ਬਾਈ ਕੋਲ ਵੀ ਕੰਮ ਬਹੁਤ ਜ਼ਿਆਦਾ ਹੁੰਦਾ ਗਾ, ਉਦੋਂ ਫਿਰ ਟਾਈਮ ਲੱਗਦਾ, ਪਰ ਇਹਨਾਂ ਨੇ ਸਪੈਸ਼ਲ ਜਿਹੜੀ ਹੈਗੀ ਸਰਵਿਸ ਦਿੱਤੀ ਹੋਈ ਆ ਵੀ ਤੁਸੀਂ ਸੈੱਟ ਲੈ ਜਾਓ, ਤੁਹਾਡਾ ਕੰਮ ਨਹੀਂ ਰੁਕਣ ਦਿੰਦੇ ਇਹ, ਅਤੇ ਆਪਦਾ ਧਰ ਦਿਓ, ਜਦੋਂ ਠੀਕ ਹੋ ਗਿਆ ਉਦੋਂ ਤੁਸੀਂ ਉਹਨੂੰ ਲੈ ਜਾਓ ਬਦਲ ਕੇ। ਠੀਕ ਆ ਬਾਈ ਜੀ, ਵੱਧ ਤੋਂ ਵੱਧ ਕਰੋ ਸਪੋਰਟ ਵੀਰ ਦੀ ਵੀ, ਅਤੇ ਸ਼ੇਅਰ ਕਰੋ ਜੇ ਕਿਸੇ ਨੂੰ, ਭਰਾ ਨੂੰ, ਸੱਜਣ ਨੂੰ ਲੋੜ ਆ ਕਿਸੇ ਵੀ ਕੰਮ ਦੀ, ਤਾਂ ਬਾਈ ਨਾਲ ਸੰਪਰਕ ਕਰ ਲਓ, ਨੰਬਰ ਪਾਇਆ। ਠੀਕ ਆ ਜੀ, ਸਤਿ ਸ਼੍ਰੀ ਅਕਾਲ।